ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਵਿੱਚ ਪਿੰਡ ਸਤਕੋਹਾ ਦੇ ਵਿੱਚ ਸਹੁਰੇ ਦੇ ਵੱਲੋਂ ਆਪਣੀ ਬਹੂ ਨੂੰ ਲੋਹੇ ਦੀ ਰਾੜ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਚਸ਼ਮਦੀਦ ਗਵਾਹ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ 8 ਸਾਲ ਦਾ ਬੇਟਾ, ਜਿਸ ਨੇ ਇਹ ਸਾਰਾ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਜਿਸ ਨੇ ਇਹ ਸਾਰੀ ਘਟਨਾ ਮੀਡੀਆ ਅਤੇ ਪੁਲਿਸ ਨੂੰ ਵੀ ਦੱਸ ਦਿੱਤੀ ਹੈ। ਦੋਸ਼ੀ ਸਹੁਰਾ ਘਟਨਾ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਿੰਡ ਸਤਕੋਹਾ ਪਹੁੰਚੇ। ਪੁਲਿਸ ਨੇ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕ ਦਾ ਪਤੀ CRPF ਦਾ ਜਵਾਨ ਹੈ ਅਤੇ ਅਕਸਰ ਨੌਕਰੀ ਦੇ ਲਈ ਘਰ ਤੋਂ ਦੂਰ ਰਹਿੰਦਾ ਹੈ। ਸਾਨੂੰ ਜੀ ਫੋਨ ਗਿਆ ਰਾਤ ਦੇ ਸਮੇਂ ਤੇ ਕਦੀ ਤੇ ਇਹਨਾਂ ਆਪ ਖੁਦ ਸਾਨੂੰ ਫੋਨ ਨਹੀਂ ਕੀਤਾ। ਇੱਥੋਂ ਪਿੰਡ ਵਾਲੇ ਕਿਸੇ ਬੰਦੇ ਨੇ ਫੋਨ ਕੀਤਾ, ਕੋਈ ਡਾਕਟਰ ਹੈ ਇੱਥੋਂ ਦਾ, ਮੈਂ ਤੇ ਉਹਨਾਂ ਨੂੰ ਜਾਣਦਾ ਨਹੀਂ। ਉਹਨੇ ਫੋਨ ਕੀਤਾ, ਉਹਨੇ ਸਾਨੂੰ ਸਾਰੀ ਗੱਲ ਦੱਸੀ ਆ ਵੀ ਇਸ ਤਰ੍ਹਾਂ ਆਹ ਗੱਲ ਹੋਈ ਆ। ਪਹਿਲਾਂ ਤਾਂ ਸਾਨੂੰ ਸੱਟ ਵੱਲੋਂ ਹੀ ਕਹਿੰਦੇ ਰਹੇ ਵੀ ਸੱਟ ਲੱਗੀ ਆ। ਬਾਅਦ ਦੇ ਵਿੱਚ ਮੈਂ ਉਹਨੂੰ ਕਿਹਾ ਕਿ ਮੈਂ ਇਕੱਲਾ ਹੀ ਹਾਂ ਅਤੇ ਮੇਰੇ ਲਾਗੇ ਹੈ ਨਹੀਂ ਕੋਈ ਵੀ, ਤੁਸੀਂ ਮੈਨੂੰ ਜੋ ਸਹੀ ਗੱਲ ਆ ਉਹ ਦੱਸੋ। ਫਿਰ ਉਹਨਾਂ ਨੇ ਦੱਸਿਆ ਵੀ ਤੁਸੀਂ ਪਿੰਡ ਹੀ ਆ ਜਾਓ, ਕਿਤੇ ਜਾਣ ਦੀ ਜ਼ਰੂਰਤ ਨਹੀਂ ਆ ਹੋਸਪਿਟਲ, ਅਤੇ ਕੁੜੀ ਖਤਮ ਹੋ ਗਈ ਹੈ। ਫਿਰ ਅਸੀਂ ਉੱਥੋਂ ਸਾਰੇ ਜਣੇ ਇਕੱਠੇ ਹੋ ਕੇ ਅਤੇ ਫਿਰ ਅਸੀਂ ਆਏ ਹਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹਦੇ ਸਹੁਰੇ ਨੇ ਇਹਦੇ ਸਿਰ ਦੇ ਵਿੱਚ ਮੁੰਗਲੀ ਮਾਰੀ ਆ ਅਤੇ ਬਹੁਤ ਜ਼ਿਆਦਾ ਸੱਟ ਜਿਹੜੀ ਆ ਉਹ ਸਿਰ ਦੇ ਵਿੱਚ ਲੱਗੀ ਆ, ਬਹੁਤ ਬੇਰਹਿਮੀ ਦੇ ਨਾਲ ਬਹੁਤ ਮਾਰਿਆ। ਹਾਂਜੀ, ਪਹਿਲਾਂ ਇਹਦਾ ਪ੍ਰਾਹੁਣਾ ਵੀ ਇੱਥੇ ਰਹਿੰਦਾ, 2 ਦਿਨ ਹੋ ਗਏ ਉਹਨੂੰ ਗਏ ਨੂੰ ਇੱਥੋਂ ਡਿਊਟੀ 'ਤੇ, CRP 'ਚ ਸਰਵਿਸ ਕਰਦੇ ਨੇ ਅਤੇ 2 ਦਿਨ ਹੀ ਹੋਏ ਉਹਨੂੰ ਗਏ ਨੂੰ ਅਤੇ ਤੀਜੇ ਦਿਨ ਇਹ ਕੰਮ ਹੋ ਗਿਆ। ਸ਼ੁਰੂ ਤੋਂ ਹੀ ਇਹਨਾਂ ਦਾ ਝਗੜਾ ਚੱਲਦਾ ਰਿਹਾ, ਮਤਲਬ ਪ੍ਰਾਹੁਣਾ ਵੀ ਇਹਨਾਂ ਨਾਲ ਲੜਾਈ ਝਗੜਾ ਕਰਦਾ ਰਿਹਾ, ਇਹਦੀਆਂ ਜਿਹੜੀਆਂ ਦੂਜੀਆਂ ਨਨਾਨਾਂ ਸੀ ਉਹ ਵੀ ਇਹਦੇ ਨਾਲ ਲੜਦੀਆਂ ਝਗੜਦੀਆਂ ਰਹੀਆਂ ਨੇ ਅਤੇ ਸ਼ੁਰੂ ਤੋਂ ਹੀ ਮਤਲਬ ਕਲੇਸ਼ ਹੀ ਰਿਹਾ ਇਹਦੇ ਨਾਲ। ਹੁਣ ਹੀ ਸਿਰਫ 5 ਕੁ ਮਹੀਨੇ ਹੋਏ ਆ ਇਹ ਇੱਥੇ ਆਈ ਨੂੰ। ਕਿਸ ਗੱਲ ਦਾ ਝਗੜਾ ਚੱਲਦਾ? ਇਸੇ ਗੱਲੋਂ ਹੀ ਤੂੰ ਮਾੜੀ ਆ, ਤੂੰ ਫਲਾਣ ਆ, ਤੂੰ ਢੀਂਗ ਆ, ਇਸ ਕੋਈ ਨਾ ਕੋਈ ਗੱਲਾਂ ਪਾ ਕੇ ਉਹਦੇ ਨਾਲ ਝਗੜਦੇ ਰਹੇ ਆ, ਜਾਂ ਤੂੰ ਦਾਜ ਕੱਟ ਲਿਆਈ ਆ, ਇਸੇ ਤਰ੍ਹਾਂ ਕਈ ਗੱਲਾਂ ਪਾ ਕੇ ਸਹੁਰਾ ਵੀ ਸ਼ਰਾਬ ਪੀ ਕੇ ਉਹਦੇ ਨਾਲ ਬਹੁਤ ਝਗੜਦਾ ਰਿਹਾ। ਅਸੀਂ ਤਾਂ ਚਾਹੁੰਦੇ ਹਾਂ ਜੀ ਸਾਡਾ ਇਨਸਾਫ਼ ਹੋਣਾ ਚਾਹੀਦਾ, ਜੋ ਸੱਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ ਆ, ਇਨਸਾਫ਼ ਹੋਣਾ ਚਾਹੀਦਾ। ਇਹ ਮਾਮਲਾ ਵੇਖੋ ਮਰਡਰ ਦਾ, ਸਾਨੂੰ ਲੜਕੀ ਦੇ ਫਾਦਰ ਨਜ਼ੀਰ ਮਸੀਹ ਨੇ ਇਤਲਾਹ ਦਿੱਤੀ ਆ, ਆਏ ਮੌਕੇ 'ਤੇ। ਇਹਨਾਂ ਦਾ ਪਹਿਲਾਂ ਵੀ ਕਲੇਸ਼ ਚੱਲਦਾ ਰਿਹਾ, ਅਦਾਲਤ ਕੇਸ ਚੱਲਦੇ ਆ ਇੱਕ ਦੂਜੇ ਨੇ, ਉਹ ਪਤੀ ਨੇ ਪਤਨੀ ਦੇ ਖਿਲਾਫ਼, ਪਤਨੀ ਨੇ ਪਤੀ ਦੇ ਖਿਲਾਫ਼, ਪਰਿਵਾਰ ਮੈਂਬਰਾਂ ਦੇ ਖਿਲਾਫ਼ ਇੱਕ ਦੂਜੇ ਕੀਤੇ ਕੇਸ। ਬਟ ਰਾਤ ਨੂੰ ਇਹਦੇ ਸਹੁਰੇ ਪਿਆਰਾ ਮਸੀਹ ਨੇ ਉਹ ਕਿਤੇ ਮੁਗਲੀ ਮਾਰ ਕੇ ਉਹਨੂੰ ਮਾਰ ਦਿੱਤੀ ਹੈ, ਲੜਕੀ ਨਹੀਂ ਤਾਂ ਜਿਹੜੀ ਹੈ ਉਹਦੇ ਸੰਬੰਧ 'ਚ ਇਨਵੈਸਟੀਗੇਸ਼ਨ ਕਰਨ ਲੱਗੇ ਹਾਂ। ਪਰਚਾ ਦੇ ਦਿੱਤਾ ਆਪਾਂ ਪਿਆਰਾ ਮਸੀਹ ਦੇ ਖਿਲਾਫ਼ ਅਤੇ ਬੁੜੇ ਦੇ ਖਿਲਾਫ਼, ਪੀਟਰ ਦੇ ਅਤੇ ਇੱਕ ਲੜਕੀ ਬੱਬੀ ਹੈ। ਫਰਦਰ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅਤੇ ਇਹਨਾਂ ਕੰਮ FIR ਲੌਂਚ ਕਰਕੇ ਫਿਰ ਬਾਅਦ 'ਚ ਦੱਸ ਸਕਦੇ ਹਾਂ। CRPF ਪਤਾ ਲੱਗਾ ਲੇਹ ਲਦਾਖ 'ਚ ਨੌਕਰੀ ਕਰਦੇ, ਨਹੀਂ ਉਹ ਮੌਕੇ 'ਤੇ ਨਹੀਂ, ਉਹ ਨੌਕਰੀ 'ਤੇ ਆ। ਬਟ ਦੇਖੋ ਉਹਨਾਂ ਦਾ ਕੀ ਰੋਲ ਨਿਕਲਦਾ ਵਿੱਚ, ਆਫਟਰ ਇਨਵੈਸਟੀਗੇਸ਼ਨ ਹੀ ਪਤਾ ਲੱਗ ਸਕਦਾ। ਸਹੁਰਾ ਪੀ ਕੇ ਸ਼ਰਾਬ ਅਤੇ ਲੜਦਾ ਸੀ ਜੀ ਇਹਦੇ ਨਾਲ, ਅਤੇ ਕੀ ਪਤਾ ਗੋ ਇਹਨਾਂ ਨੇ ਕੀ ਕੀਤਾ, ਕੁੜੀਆਂ ਵੀ ਰਲੀਆਂ ਸਾਰੇ, ਪ੍ਰਾਹੁਣਾ ਵੀ ਰਲਿਆ, ਸਾਰਿਆਂ ਨੇ ਰਲ ਕੇ ਮਾਰਿਆ ਜੀ ਇਹਨਾਂ, ਮੇਰੀ ਧੀ ਮਾਰ ਮਕਾਈ ਆ। ਫਿਰ ਆਉਂਦਾ ਸੀ ਮੈਂ ਪੜ੍ਹਨ ਨਹੀਂ ਦੇਣਾ ਮੁੰਡਾ, ਫਿਰ ਕਹਿੰਦਾ ਮੈਂ ਮੁੰਡੇ ਦੀ ਮਾਂ ਮੱਕਾ ਕੇ ਛੱਡਣੀ ਆ, ਕੁੜੀ ਨਾਲ ਲੜਦਾ ਸੀ, ਸਾਨੂੰ ਤਾਂ ਵੜਨ ਵੀ ਨਹੀਂ ਇੱਥੇ ਦਿੰਦੇ, ਮੇਰੀ ਧੀ ਤਾਂ ਆਉਂਦੀ ਮਾਂ ਨਹੀਂ ਆਉਣਾ, ਇੱਥੇ ਵੜਨ ਨਹੀਂ ਦਿੰਦੇ, ਰੋਟੀਆਂ ਨੋਲਦੇ ਨੇ, ਕਿਤੇ ਗਾਲਾਂ ਕੱਢਦੇ ਮੇਰੇ ਪਿਓ ਘਰ ਵਾਲੇ ਨੂੰ, ਹੈਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਮੰਮਾ ਦੇ ਪਤਾ ਉਹਨਾਂ ਨੇ ਸਿਰ 'ਚ ਮੂੰਗਲਾ ਮਾਰਿਆ ਸੀ ਲੋਹੇ ਦਾ। ਕਿੰਨੇ ਮਾਰਿਆ ਸੀ? ਦਾਦੂ ਨੇ, ਉਹ ਲੜੇ ਸੀ ਮੰਮਾ ਨਾਲ, ਲੜਦਾ ਸੀ। ਕੀ ਕਹਿੰਦੇ ਸੀ? ਉਸ ਨੀ ਕਹਿੰਦੇ ਕਿ ਮੈਂ ਤੈਨੂੰ ਰਹਿਣ ਨਹੀਂ ਦੇਣਾ ਦੁਨੀਆ, ਐ ਕਹਿੰਦੇ ਸੀ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪਹਿਰੇਦਾਰ TV।